ਦੁਆਵਾਂ ਦੇਣ ਵਾਲਾ ਬਾਬਲ ਲੁਧਿਆਣਾ ਚ ਕਾਤਲ ਬਣ ਗਿਆ। ਲੁਧਿਆਣਾ ਚ ਇੱਕ ਬਾਬਲ ਨੇ ਆਪਣੀ ਹੀ ਧੀ ਤੇ ਉਸਦੇ ਨਾਲ ਰਹਿਣ ਵਾਲੇ ਕਥਿਤ ਜਵਾਈ ਦਾ ਕਤਲ ਕਰ ਦਿੱਤਾ। ਥਾਣਾ ਘੂਮ ਕਲਾਂ ਦੇ ਇਲਾਕੇ ਦੇ ਵਿੱਚ ਇਹ ਸਨਸਨੀ ਖੇਜ ਵਾਰਦਾਤ ਨੇ ਦਹਿਸ਼ਤ ਪੈਦਾ ਕਰ ਦਿੱਤੀ। ਲੁਧਿਆਣਾ ਦੇ ਗੁਰਮੇਲ ਸਿੰਘ ਨੇ ਆਪਣੀ ਧੀ ਦਾ ਵਿਆਹ ਬੜੇ ਰੀਝਾਂ ਨਾਲ ਕੀਤਾ ਸੀ, ਪਰ ਵਿਆਹ ਤੋਂ ਬਾਅਦ ਧੀ ਨੂੰ ਕਿਸੇ ਹੋਰ ਨਾਲ ਇਸ਼ਕ ਹੋ ਗਿਆ ਤੇ ਉਹ ਉਸਦੇ ਨਾਲ ਜਾ ਕੇ ਰਹਿਣ ਲੱਗ ਗਈ। ਪਿਓ ਨੂੰ ਇਹ ਬੇਇੱਜ਼ਤੀ ਬਰਦਾਸ਼ਤ ਨਹੀਂ ਹੋਈ। ਧੀ ਦੇ ਇਸ ਕਦਮ ਤੋਂ ਬਾਅਦ ਗੁਰਮੇਲ ਸਿੰਘ ਨੇ ਘਰੋਂ ਨਿਕਲਣਾ ਵੀ ਬੰਦ ਕਰ ਦਿੱਤਾ ਸੀ। ਕਰੀਬ 5 ਸਾਲਾਂ ਬਾਅਦ ਗੁਰਮੇਲ ਨੂੰ ਆਪਣੀ ਧੀ ਦਾ ਪਤਾ ਲੱਗਾ ਕਿ ਬਲਵਿੰਦਰ ਕੌਰ ਰੇਵਾੜੀ 'ਚ ਰਹਿ ਰਹੀ ਹੈ। ਬੜੇ ਪਿਆਰ ਨਾਲ ਉਸਨੇ ਆਪਣੀ ਧੀ ਤੇ ਜਿਸ ਨਾਲ ਉਹ ਭੱਜੀ ਸੀ ਉਸ ਨੂੰ ਆਪਣੇ ਘਰੇ ਬੁਲਾ ਲਿਆ। ਇਸ ਤੋਂ ਬਾਅਦ ਦੋਨਾਂ ਨੂੰ ਕਤਲ ਕਰਕੇ ਇਸੇ ਰੇੜੀ 'ਚ ਘੁਮਾਇਆ। ਉਹ ਇਸ ਰੇੜੀ ਨੂੰ ਪਿੰਡ ਦੇ ਚੁਰਾਹੇ 'ਚ ਲੈ ਗਿਆ ਤੇ ਉੱਥੇ ਵੀ ਆਪਣੀ ਖੁੰਦਕ ਕੱਢਦਾ ਰਿਹਾ। ਲੋਕਾਂ ਦੀ ਮੰਨੀਏ ਤੇ ਉਹਨੇ ਪਿੰਡ ਦੇ ਚੁਰਾਹੇ 'ਚ ਵੀ ਇੱਕ ਤੋਂ ਬਾਅਦ ਇੱਕ ਕਈ ਵਾਰ ਆਪਣੀ ਧੀ ਤੇ ਉਸਦੇ ਨਾਲ ਭੱਜੇ ਸ਼ਖਸ ਕੀਤੇ। ਸੁਣੋ ਪੂਰੀ ਘਟਨਾ। ਸਰ ਕੀ ਮੈਟਰ ਹੈ, ਕਿੱਥੇ ਕੀ? ਬਾਬਾ ਭੈਣ ਪਿੰਡ ਹੈ ਜੀ ਸਾਡੇ, ਇੱਥੇ ਥਾਣਾ ਘੂਮ ਦਾ। ਇੱਥੇ ਦੇ ਮਿਸਟਰ ਗੁਰਮੇਲ ਸਿੰਘ ਹੈ, ਬੰਦਾ ਕੋਈ 55 ਸਾਲ ਦੀ ਏਜ ਹੈ। ਉਹਦੀ ਬੇਟੀ ਲੋਡੋਵਾਲ ਥਾਣੇ ਦੇ ਏਰੀਏ 'ਚ, ਪਿੰਡ ਲੋਡੋਵਾਲ 'ਚ ਵਿਆਹੀ ਹੋਈ ਸੀ, ਜਿਹਦੇ ਕਿਸੇ ਉਹਦੇ ਫਰੈਂਡ ਨਾਲ ਰਿਲੇਸ਼ਨ ਹੋ ਗਏ ਅਤੇ ਉਹਦੇ ਨਾਲ ਲਿਵਿੰਗ ਰਿਲੇਸ਼ਨ ਬਾਹਰ ਕਿਤੇ ਰਹਿੰਦੇ ਸੀ, ਹਰਿਆਣਾ ਸਾਈਡ 'ਤੇ। ਅਤੇ ਚਲੋ ਉਹਦੇ ਹੌਲੀ ਹੌਲੀ ਘਰ ਦੇ ਨਾਲ ਇਕੁਏਸ਼ਨ ਠੀਕ ਹੋ ਗਈ ਅਤੇ ਉਹ ਇੱਥੇ ਆ ਕੇ ਇਹਨਾਂ ਕੋਲ ਆ ਕੇ ਰਹਿਣ ਲੱਗ ਗਈ ਸੀ। ਪਰ ਇਹਦੇ ਮਾਇੰਡ 'ਚ ਇਹੀ ਗੱਲ ਸੀ ਵੀ ਮੇਰੀ ਇਹਨੇ ਬੇਇੱਜ਼ਤੀ ਕਰਾਈ ਹੈ ਪਿੰਡ ਦੇ ਵਿੱਚ, ਅਤੇ ਉਹ ਪਿੰਡ ਬਾਹਰ ਕਿਤੇ ਨਿਕਲਦਾ ਵੀ ਨਹੀਂ ਸੀ ਇਸ ਕਰਕੇ। ਈਵਨ ਕਿਤੇ ਬਾਹਰ ਜਾ ਕੇ ਸਮਾਣਾ ਡਿਸਟ੍ਰਿਕਟ ਪਟਿਆਲਾ 'ਚ ਕੋਈ ਗੁਰਦੁਆਰਾ ਸਾਹਿਬ ਹੈ ਉੱਥੇ ਜਾ ਕੇ ਸੇਵਾ ਕਰਨ ਲੱਗ ਗਿਆ ਸੀ। ਜਦੋਂ ਉਹਨੂੰ ਪਤਾ ਲੱਗਿਆ ਵੀ ਲੜਕੀ ਪਿੰਡ ਆ ਕੇ ਰਹਿ ਇੱਥੇ ਘਰ ਆ ਗਈ ਹੈ, ਫਿਰ ਉਹ ਵਾਪਸ ਇੱਥੇ ਆਇਆ। ਕੱਲ੍ਹ ਜਦੋਂ ਉਹ ਲੜਕਾ ਵੀ ਇੱਥੇ ਆ ਗਿਆ, ਇਹਨੇ ਉਹਨੂੰ ਕੁਛ ਹੋਣ ਕੀਤਾ, ਪੂਰੀ ਸੇਵਾ ਕੀਤੀ ਹੈ। ਰਾਤ ਨੂੰ ਜਦੋਂ ਪੈ ਗਏ ਅਤੇ ਇਹਨੇ ਸੁੱਤੇ ਪਿਆਂ ਦੇ ਕੁਹਾੜੀ ਦੇ ਪੁੱਠੇ ਪਾਸੇ ਵਾਰ ਕਰ ਕਰਕੇ, ਉਹ ਤੋਂ ਬਾਅਦ ਦਰਾੜ ਦਾ ਯੂਜ਼ ਕੀਤਾ, ਕਿਰਪਾਨ ਦਾ, ਮਤਲਬ ਆਪਣੀ ਪੂਰੀ ਉਹਨੇ ਗੁੱਸਾ ਉਹਨਾਂ 'ਤੇ ਕੱਢਿਆ ਅਤੇ ਦੋਵਾਂ ਨੂੰ ਮਾਰ ਕੇ ਬਾਅਦ 'ਚ ਇੱਕ ਰੇਡੀ ਟਾਈਪ ਜਿਹਤੇ ਲੋਕ ਪੱਠੇ ਲੈ ਕੇ ਆਉਣ, TBS 50 ਦਾ ਜਿਹਦਾ ਇੰਜਨ ਵੀ ਹੈ ਨਹੀਂ, ਉਹ ਕਿਸੇ ਦੀ ਵੈਨਡ ਖੜੀ ਸੀ ਬਾਹਰ ਖਰਾਬ, ਉਹਨੂੰ ਘੜੀਸ ਕੇ ਲਿਆ ਕੇ, ਡੈੱਡ ਬੋਡੀ ਘੜੀਸ ਕੇ ਉਹਦੇ ਵਿੱਚ ਰੱਖ ਕੇ ਫਿਰ ਪਿੰਡ ਦੇ ਮੇਨ ਰਸਤੇ 'ਤੇ ਲੈ ਆਇਆ ਔਰ ਉੱਥੇ ਖੜ੍ਹੇ ਹੋ ਕੇ ਉੱਥੇ ਉਹਨੇ ਇਹਨੇ ਇੱਕ ਫਿਰ ਦਰਾੜ ਨਾਲ ਵਾਰ ਕੀਤਾ ਲੜਕੇ ਧੌਣ 'ਤੇ ਅਤੇ ਬਾਕੀ ਕਿਰਪਾਨਾਂ ਦੇ ਵਾਰ ਦੋਵਾਂ ਦੇ ਉੱਤੇ ਕਈ ਵਾਰ ਕੀਤੇ ਹੋਈਆਂ।